अभी सुन रहे हो चावला न्यूज नेटवर्क टोरंटो CNN टोरंटो। जी अनु सत श्री अकाल। शुक्रिया सारे अनु सत श्री अकाल जी। की हाल चाल ठीक हो? हाँ जी हाँ जी बड़े बढ़िया। कुलबीर सिंह जीरा बारे कल भी पुछा सी साडे कबीर ने की बनया उन्हां नूं जमानत कहिंदे मिल गई है की कहना चाहोगे? हाँ जी हाँ जी मिल गई जमानत। अज कुलबीर जीरा अपने घरे पहुंच जाणगे क्योंकि जमानत दे ऑर्डर हुंदे फिर बेल बोंड भरिया जांदा उस तों बाद रिहाई हुंदी है। ते कुलबीर जीरा नूं फड़िया इन्होंने इस करके सी क्योंकि इन्हें धरना लाया सीगा। धरना लाया तो उत्थे मतलब कि गदे गुदे कहिंदे लाले बाबा उत्थे तहसील ही जिवें बै कराई हुंदी है। वैसे तो बैनामा तहसील च बनदा इन्होंने तहसील ही बै करा ली हुंदी है। ਇਹ ਭੁਲੇਖੇ ਚ ਹੀ ਤੁਰੇ ਫਿਰਦੇ ਸੀ ਕਿ ਕਿਤੇ ਸਰਕਾਰ ਹਾਲੇ ਵੀ ਸ਼ਾਇਦ ਕਾਂਗਰਸ ਦੀ ਇੱਥੇ ਰੱਖ। ਤੇ ਉਹਨਾਂ ਲੋਕਾਂ ਚੋਂ ਜਿਹਨਾਂ ਲੋਕਾਂ ਦੇ ਸਭ ਤੋਂ ਜ਼ਿਆਦਾ ਸੱਤਾ ਸਿਰ ਤੇ ਚੜੀ ਸੀ ਕੁਲਵੀਰ ਜ਼ੀਰਾ। ਤੇ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਜੇਲ੍ਹ ਦਾ ਬੇਲੀ ਇਹਦਾ ਰਾਈਟ ਹੈਂਡ ਸੀ ਜਿਹਨੇ ਉੱਥੇ ਸਾਰੇ ਕਾਂਡ ਕੀਤੇ ਆ ਜੀਰੇ ਚ। ਅੱਜ ਨਹੀਂ ਸਕਦੇ ਕਿਤੇ ਸਾਥ ਹੋਏ ਤੇ ਸਾਰੇ ਚਿੱਠੇ ਆ ਸਾਰਾ ਕੁਛ ਆ ਕਿ ਜੋ ਇਹਨਾਂ ਨੇ ਕੀਤਾ ਜੋ ਕਰਾਇਆ ਹੁਣ ਓਪੋਜੀਸ਼ਨ ਚ ਗਏ ਨੇ। ਮੈਂ ਅੱਗੇ ਕਹਿੰਦਾ ਹੁੰਦਾ ਪੰਜਾਬ ਦੀ ਲੀਡਰਸ਼ਿਪ ਜੇ ਓਪੋਜੀਸ਼ਨ ਨੂੰ ਵੇਖੋਗੇ ਤੁਸੀਂ ਆਖੋਗੇ ਨੈਲਸਨ ਮੰਡੇਲਾ ਕੀ ਮਹਾਤਮਾ ਗਾਂਧੀ ਕੀ ਇਹ ਸਭ ਫੇਲ ਹੈ। ਇੰਨੇ ਵਧੀਆ ਲੀਡਰ ਨੇ ਸਾਡੇ ਕੋਲ ਤੇ ਇਹਨਾਂ ਨੂੰ ਜ਼ਾਲਮ ਬਣਦਿਆਂ ਇਹਨਾਂ ਨੂੰ ਬੇਈਮਾਨ ਬਣਦਿਆਂ ਇਹਨਾਂ ਨੂੰ ਚੋਰ ਬਣਦਿਆਂ ਇਹਨਾਂ ਨੂੰ ਕਰਪਟ ਬਣਦਿਆਂ ਇਹਨਾਂ ਨੂੰ ਛਿੱਤਰ ਮਾਰਦਿਆਂ ਵੇਖਣਾ ਹੋਵੇ ਤੇ ਇਹਨਾਂ ਨੂੰ ਸੱਤਾ ਚ ਪਾ ਦਿਓ ਫਿਰ ਵੇਖੋ ਜਲਵਾਏ ਜੁੰਦੋ। ਮਤਲਬ ਮੈਂ ਕਿਸੇ ਨਾਲ ਮੈਨੂੰ ਕੋਈ ਰੰਜ ਨਹੀਂ ਹੈਗੀ ਕੁਲਬੀਰ ਜੀਰਾ ਨਾਲ ਸਗੋਂ ਹਮਦਰਦੀ ਆ ਕਿ ਜੇਲ ਕਿਉਂਕਿ ਜੇਲ ਜੇਲ ਹੀ ਹੁੰਦੀ ਆ ਸੋਚ। ਪਰ ਗੱਲ ਹੈ ਤੁਸੀਂ ਕੀ ਕੀਤਾ ਉਸ ਟਾਈਮ ਆਹ ਹੁਣ ਵੀ ਤੁਸੀਂ ਧਰਨਾ ਜਿਹੜਾ ਲਾਇਆ। ਮੇਰੇ ਇੱਕ ਦੋਸਤ ਨੇ ਪੱਤਰਕਾਰ ਨੇ ਦੱਸਿਆ ਕਹਿੰਦਾ ਅਸੀਂ ਕਵਰ ਕਰਨ ਗਏ ਤੇ ਉੱਥੇ ਇੱਕ ਬੰਦਾ ਬਾਊ ਬੈਠਾ ਕੰਪਿਊਟਰ ਤੇ ਅਸੀਂ ਆਖਿਆ ਹੈ ਤਹਿਸੀਲ ਦਾ ਕੰਮ ਤੇ ਠਾਪੇ ਯਾਰ ਇਹ ਕੌਣ ਆ? ਜਾ ਕੇ ਵੇਖਿਆ ਤੇ ਇਹਦਾ ਪੀਏ ਖਬਰ ਪਿਆ ਟਾਈਪ ਕਰੇ ਸਰਕਾਰੀ ਕੰਪਿਊਟਰ ਤੇ। ਮੈਂ ਉੱਧਰ ਕੀ ਜਾਣਾ ਜੀ ਸਰਕਾਰੀ ਕੰਪਿਊਟਰ ਤੱਕ ਯਾਰ ਤੁਸੀਂ ਪਹੁੰਚ ਗਏ ਕੰਮ ਤੁਸੀਂ ਮੈਨੂੰ ਦੱਸੋ ਚਾਵਲਾ ਸਾਹਿਬ ਕੰਮ ਕਰਨਾ। ਇੱਕ ਵਾਰੀ ਅੱਗੇ ਆਪਣੇ ਇੱਥੇ ਬਹਿਸ ਵੀ ਹੋਈ ਸੀਗੀ ਜਦੋਂ ਬੰਦੀ ਬਣਾ ਲਿਆ ਸੀਗਾ ਕੰਪਲੈਕਸ ਚ ਕਿਸਾਨਾਂ ਨੇ ਤੇ ਮੈਂ ਕਿਹਾ ਸੀਗਾ ਗਲਤ ਆ ਇਹ ਗਲਤ ਹੈ ਪ੍ਰੋਟੈਸਟ ਦਾ ਇੱਕ ਅਧਿਕਾਰ ਹੈ ਸੀਮਤ ਅਧਿਕਾਰ ਹੈ ਤੁਹਾਡਾ ਕਿਉਂਕਿ ਕੰਮ ਕਰਨਾ ਵੀ ਤੇ ਅਧਿਕਾਰ ਹੈ ਨਾ ਕਰਮਚਾਰੀਆਂ ਦਾ ਯਾਰ। ਤੁਸੀਂ ਉਹਨਾਂ ਦੀ ਡਿਊਟੀ ਚ ਵਿਘਨ ਪਾਓਗੇ ਤਾਂ ਅਗਲਾ ਪਰਚਾ ਦਰਜ ਕਰੂਗਾ। ਮੇਰੇ ਤੇ ਖੁਦ ਤੇ ਪਰਚਾ ਹੋਇਆ ਡਿਊਟੀ ਚ ਵਿਘਨ ਪਾਉਣ ਦਾ। ਤਾਂ ਗੱਲ ਇਹ ਹੈ ਕਿ ਜੇ ਅਸੀਂ ਡਿਊਟੀ ਚ ਵਿਘਨ ਪਾਵਾਂਗੇ ਤਾਂ ਪਰਚਾ ਹੋਊਗਾ ਹੀ ਹੋਊਗਾ। ਤਾਂ ਇਹ ਆ ਕਿ ਯਾਦ ਕਰੋ ਵੇਲਾ ਤੁਹਾਡੇ ਚਾਚੇ ਨੇ ਚਾਚੇ ਤੇ ਦੋਸ਼ ਲੱਗਾ ਕਥਿਤ ਤੌਰ ਤੇ ਕਿ 5 ਕਿੱਲੇ ਜ਼ਮੀਨ ਸੀ ਕਿਸੇ ਕਿਸਾਨ ਕੋਲ ਤੇ ਕੋਈ ਚੱਲਦਾ ਸੀ ਡਿਸਪਿਊਟ ਲੈ ਲਈ ਬੰਦਾ ਸਪਰੇ ਪੀ ਕੇ ਮਰ ਗਿਆ ਲਾਸ਼ ਠੀਕ ਠਾਣੇ ਅੱਗੇ ਰੱਖੀ ਤੇ ਸਵੇਰੇ 3 ਵਜੇ 100 ਗੁੰਡਾ ਆਇਆ ਤੇ ਉਹਨਾਂ ਨੇ ਪੱਥਰ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਲਾਸ਼ ਚੁੱਕ ਕੇ ਮੋਢਿਆਂ ਤੇ ਥਾਣੇ ਤੋਂ ਬਾਈਪਾਸ ਤੱਕ ਦੌੜੇ। ਤੁਹਾਨੂੰ ਨੀ ਪਤਾ ਹੋਣਾ ਸ਼ਾਇਦ ਜਿਹੜੇ ਜੀਰੇ ਤੋਂ ਵਾਕਫ ਹੈ ਕਿਉਂਕਿ ਮੈਂ ਤੇ ਉਸ ਏਰੀਏ ਚ ਰਿਹਾ। 1.5 ਕਿਲੋਮੀਟਰ ਦਾ ਬਣਦਾ ਉਹ ਫਾਸਲਾ। 1.5 ਕਿਲੋਮੀਟਰ ਉਹ ਸੜਕ ਵੱਲ ਨੂੰ ਦੌੜੇ ਲਾਸ਼ ਲੈ ਕੇ ਤੇ ਤੁਸੀਂ ਤੇ ਲਾਸ਼ਾਂ ਤੇ ਵੀ ਪੱਥਰ ਮਾਰੇ। ਸੋ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਕੁਲਬੀਰ ਜੀਰੇ ਨਾਲ ਕੋਈ ਨਜਾਇਜ਼ ਨਹੀਂ ਹੋਣੀ ਚਾਹੀਦੀ ਪਰ ਜੋ ਤੁਸੀਂ ਕੀਤੀ ਆ ਹਜ਼ੂਰ ਭੁਗਤਨੇ ਇੱਥੇ ਪੈਂਦੇ ਨੇ। ਜੀ ਜੀ 22 ਕਿੱਲਿਆਂ ਵਾਲੀ ਖੱਡ ਜਿਹੜੀ ਆ ਨਾ 22 ਕਿੱਲਿਆਂ ਵਾਲੀ ਖੱਡ ਬਾਰੇ ਵੀ ਪਤਾ ਮੈਨੂੰ ਕਿ ਜੀਰੇ ਤੋਂ ਚੜ੍ਹਦੇ ਵਾਲੇ ਪਾਸੇ ਕਿਵੇਂ ਚੜ੍ਹਾਈਆਂ ਹੋਈਆਂ ਸੀ। ਇਸ ਕਰਕੇ ਹੁਣ ਚੀਕਾਂ ਨਾ ਮਾਰੋ ਇਹ 4 ਸਾਲ ਬੀਬੇ ਬੱਚੇ ਬਣ ਕੇ ਜੁਪੇ ਰਹੋ ਥੱਲੇ ਤੁਹਾਡਾ ਨਸ਼ਾ ਲਾਹ ਜਾਵੇ। 9058131320 ਮੈਨੂੰ ਜੀ ਆ ਪਿੱਛੇ ਕੋਈ ਸਰੜ ਸਰੜ ਦੀ ਆਵਾਜ਼ ਆਉਂਦੀ ਆਈ ਥਿੰਕ ਤਾਰ ਨਾ ਕੋਈ ਮਾਈਕ ਦੀ ਲੱਗਦੀ ਹੋਵੇ ਥੋੜਾ ਜਿਹਾ ਦੇਖਿਓ। ਸਰਦਾਰ ਸੁਖਬੀਰ ਸਿੰਘ ਨਹੀਂ ਮੇਰਾ ਮਾਈਕ ਤੇ ਕੀ ਹੈ ਫਿਕਸ ਹੀ ਹੈ ਜੀ ਬਸ ਉਹ ਤਾਰ ਦੀ ਵਾਲੀ ਹੈ ਮੇਰੇ ਕੋਲ ਤਾਂ ਡੁੰਡੀਆਂ ਜਿਹੀਆਂ ਵੀ ਹੈ ਨਹੀਂ। ਚਲੋ ਕੁਝ ਡਿਸਟਰਬੈਂਸ ਜੀ ਸੁਣਾਈ ਦੇ ਰਹੀ ਸੀ ਸਰਦਾਰ ਸੁਖਬੀਰ ਸਿੰਘ। ਕਾਲ ਕੱਟਾ ਨਹੀਂ ਮੈਂ ਚਾਹ ਵੀ ਪੀਂਦੇ ਮੈਂ ਸੁਰਕੜੇ ਬੜੇ ਮਾਰਦਾ ਮੈਂ ਉਹ ਕਾਫੀ ਪੀਂਦੇ ਆ। ਅੱਛਾ ਰੱਖ ਚਲੋ ਬ੍ਰੇਕ ਲੈ ਲਓ ਫੇ ਸਮਾਗਮ ਨੂੰ ਦੱਸਿਆ ਪਰਪੰਚ
ਵੀ ਸਹੁੰ ਚੁੱਕ ਸਮਾਗਮ ਜਿਹੜੀਆਂ ਨੇ ਪਹਿਲਾਂ ਵੀ ਬੜੇ ਹੋਏ ਨੇ, ਸਮਾਗਮਾਂ ਦੀ ਅਸੀਂ ਕਿਹੜੀ ਕਿਹੜੀ ਸਹੁੰ ਦੀ ਗੱਲ ਕਰੀਏ? ਚਲੋ ਮੈਂ ਘੱਟ, ਤੁਸੀਂ ਦੱਸ ਦਿਓ। ਨਹੀਂ ਸੁਖਬੀਰ ਸਿੰਘ ਬਾਦਲ, ਪਤਾ ਕੀ ਆ ਮੈਨੂੰ ਸੁਖਬੀਰ ਸਿੰਘ ਬਾਦਲ ਤੇ ਸਤੌਜ ਵਾਲੇ ਚ ਕੋਈ ਫਰਕ ਨਹੀਂ ਨਜ਼ਰ ਆਉਂਦਾ ਅੱਜ ਕੱਲ੍ਹ। ਗੱਲ ਇਹ ਆ ਕਿ ਦੋਨੇ ਹੁਣ ਉਸ ਮਾਨ ਤੇ ਪਹੁੰਚ ਗਏ ਨੇ ਜਿੱਥੇ ਪਰਪੱਕ ਰਾਜਨੀਤਿਕ ਬਣ। ਅੱਜ ਵੈਸੇ ਜੇ ਤੁਸੀਂ ਦੇਖੋਗੇ ਸੁਖਬੀਰ ਸਿੰਘ ਬਾਦਲ ਹੁਣ ਓਪੋਜੀਸ਼ਨ ਚ ਸਿਆਣੇ ਲੱਗਦੇ ਨੇ। ਹੁਣ ਇਹ ਨਾ ਕਹਿ ਦੇਣ ਕਾਲੀ ਵੀ ਤੂੰ ਕੀ ਚਾਹੁੰਦਾ, ਇਹ ਸਦਾ ਓਪੋਜੀਸ਼ਨ ਚ ਬੈਠੇ ਰਹਿ। ਹੁਣ ਦੇਖੋ ਕਿੰਨੀਆਂ ਸਿਆਣੀਆਂ ਗੱਲਾਂ ਕਰਦੇ, ਕਹਿੰਦੇ ਵੀ ਰਾਜਸਥਾਨ ਨੂੰ ਤਾਂ ਸਾਡਾ ਪਾਣੀ ਗੈਰ ਕਾਨੂੰਨੀ ਜਾਂਦਾ ਤੇ ਮੈਂ ਆ ਗਿਆ ਤੇ ਮੈਂ ਬੰਦ ਕਰ ਦੇਣਾ ਜੀ। ਵੀ ਜਾਨੀ ਇਹ ਹੁਣੇ ਕਿਤੇ ਉਹ ਨਾ, ਆਜ ਹੀ ਹਮਨੇ ਬਦਲੇ ਹੈ ਕੱਪੜੇ, ਆਜ ਹੀ ਹਮ ਨਹਾਏ ਹੋਏ ਹੈ। ਇਸ਼ਕ ਮੇ ਹਮ ਤੁਮੇ ਕਿਆ ਬਤਾਏ ਕਿਸ ਕਦਰ ਚੋਟ ਖਾਏ ਹੋਏ। ਮਤਲਬ ਕਿ ਅੱਜ ਹੀ ਇਹਨਾਂ ਨੂੰ ਸਾਰਾ ਕੁਛ ਪਤਾ ਲੱਗਿਆ ਕਿ ਯਾਰ ਰਾਜਸਥਾਨ ਨੂੰ ਪਾਣੀ, ਓਹੋ ਤੁਹਾਡਾ ਭਲਾ ਹੋ ਜੇ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਉਹ ਆ ਸਾਡੇ ਪਿੰਡਾਂ ਚ ਹੀ, ਇਹਨਾਂ ਦਾ ਪਿੰਡ ਨਹਿਰਾਂ ਦੇ ਪਰਲੇ ਪਾਸੇ, ਸਾਡਾ ਉਰਲੇ ਪਾਸੇ ਆ ਲਾ ਲਓ ਵੀ, ਬੱਲੇ ਬੱਲੇ ਜਿਹੜਾ ਆਪਣੇ ਪਿੰਡਾਂ ਕੋਲੋਂ ਪਾਣੀ ਲੰਘਦਾ ਯਾਰ ਇਹ ਤੇ ਗੈਰ ਕਾਨੂੰਨੀ ਲੰਘਣ ਡਿਆ ਵਾ ਤੇ ਆਪਾਂ ਨੂੰ ਡੱਕਣਾ। ਤੇ ਜਦੋਂ ਉਹ ਮੋਹਕਮ ਸਿੰਘ ਹੋ ਰਹੀ ਆ ਇੱਕ ਵਾਰੀ ਕਈਆਂ ਹੀ ਚੱਕ ਕੇ ਆ ਗਏ ਦੋ ਕੁ ਜਾਣੇ ਪੱਟਣ ਤੇ, ਉਹਨਾਂ ਨੂੰ ਤੁਹਾਡੀ ਪੁਲਿਸ ਨੇ ਕਿਉਂ ਫੜਿਆ ਸੀ? ਉਹ ਕਹਿੰਦੇ ਸੀ ਅਸੀਂ ਨਹਿਰ ਡੱਕਣੀ, ਉਹ ਚਾਰ ਕਈਆਂ ਨਾਲ ਨਹਿਰ ਡੱਕਣ ਆ ਗਏ ਸੀ। ਗੱਲ ਇਹ ਆ ਕਿ ਤੁਸੀਂ ਪਤਾ ਨੀ ਹੁਣ ਕਿਹੜੀਆਂ ਕਿਹੜੀਆਂ ਦੁਨੀਆਦਾਰੀਆਂ ਚੋਂ ਨਿਕਲ ਰਹੇ ਜੇ ਬਾਦਲ ਸਾਹਿਬ ਤੇ। ਮਤਲਬ ਕਿ ਠੀਕ ਆ ਇਹਨਾਂ ਨੇ ਵੀ ਅੱਛਾ, ਜਦੋਂ 14 ਦੇ ਵਿੱਚ ਨਾ ਰੌਲਾ ਪੈ ਗਿਆ ਡਰੱਗ ਦਾ, ਉਦੋਂ ਕੰਪੇਨਾਂ ਕੰਪੂਨਾਂ ਚੱਲਦੀਆਂ ਸੀ, ਅਸੀਂ ਸਾਡੇ ਵਰਗੇ ਵੀ ਧੱਕੇ ਖਾਈ ਜਾਂਦੇ ਸੀਗੇ ਵਿੱਚ ਰੌਲਾ ਪਾਈ ਜਾਂਦੇ। ਇਹਨਾਂ ਨੇ ਕੀ ਕੀਤਾ ਜਿਹੜੇ ਹੈਗੇ ਰਾਜਪਾਲ ਸਿੰਘ ਵਰਗੇ ਹੁਣ ਐਸ ਪੀ ਨੇ, ਉਦੋਂ ਹੁੰਦੇ ਸੀ ਖਿਡਾਰੀ ਹੁੰਦੇ ਸੀ, ਉਹਨਾਂ ਤੋਂ ਵੀਡੀਓ ਬਣਵਾ ਬਣਵਾ ਕੇ ਪਾ ਦਿੱਤੀਆਂ ਕਿ ਹਾੜਾ ਹਾੜਾ ਇਹ ਕੰਮ ਨਾ ਕਰੋ, ਪੰਜਾਬ ਨੂੰ ਬਦਨਾਮ ਨਾ ਕਰੋ। ਤੇ ਹੁਣ ਹੁਣ ਜੇ ਉਹ ਨਸ਼ੇ ਤੇ ਕੰਮ ਕਰਨ ਲੱਗੇ, ਹੁਣ ਹੁਣ ਇਹਦਾ ਮਤਲਬ ਕਿ ਆ 2-3 ਸਾਲਾਂ 'ਚ ਹੀ ਨਸ਼ਾ ਆ ਗਿਆ। ਉਦੋਂ ਤੇ ਪੰਜਾਬ ਦੀ ਬਦਨਾਮੀ ਸੀਗੀ। ਮਤਲਬ ਇਹ ਆ ਸਮੱਸਿਆ ਉਦੋਂ ਵੀ ਸੀ, ਸਮੱਸਿਆ ਹੁਣ ਵੀ ਆ, ਸਮੱਸਿਆ ਦੇ ਹੱਲ ਉਦੋਂ ਵੀ ਤੁਹਾਡੇ ਕੋਲ ਨਹੀਂ ਸੀ ਤੇ ਇਹਦੇ ਕੋਲ ਵੀ ਆ ਨਹੀਂ ਜੀ। ਬਿਲਕੁਲ, ਇਹ ਵੀ ਸਹੁੰ ਚੁੱਕਣ ਤੋਂ ਪਹਿਲਾਂ ਅੱਛਾ ਸਹੁੰ ਸਮਾਗਮ, ਮੈਂ ਕੱਲ ਸਵੇਰੇ ਉੱਠਿਆ ਤੇ ਅਖਬਾਰ ਖੋਲ੍ਹੇ, ਹੁਣ ਆਦਤ ਆ ਅਖਬਾਰ ਪੜ੍ਹਨੇ ਪੈਂਦੇ ਆ, ਤੇ ਅਖਬਾਰ ਪੜ੍ਹੇ, ਹਰੇਕ ਅਖਬਾਰ ਚ ਅਰਦਾਸ ਦੀ ਐਡ ਲੱਗੀ ਹੈ ਜੀ। ਅਰਦਾਸ ਤੇ ਐਸੇ ਅਖਬਾਰਾਂ ਚ ਹਜ਼ੂਰ ਜੀ ਦਾ ਪਹਿਲਾ ਫਰੰਟ ਪੇਜ 2.5-3 ਲੱਖ ਦਾ। ਮੈਂ ਇੱਕ ਅਖਬਾਰ ਚ ਕੰਮ ਕਰ ਚੁੱਕਾ ਉਸ ਚ, ਤੇ ਸਾਨੂੰ ਪਤਾ ਸੀ ਸਾਡੀ ਚੀਕ ਨਿਕਲ ਜਾਂਦੀ ਹੁੰਦੀ ਸੀ ਜਦੋਂ ਇੱਕ ਪੇਜ ਸਾਲ ਦਾ ਇਕੱਠਾ ਕਰਕੇ ਦੇਣਾ ਹੁੰਦਾ ਸੀ, ਤਾਂ 3 ਲੱਖ ਦਾ ਪੇਜ ਹੈ ਇਸ ਟਾਈਮ ਘੱਟੋ ਘੱਟ। ਤਾਂ ਤੁਸੀਂ ਵੇਖ ਲਓ ਕਿੰਨੇ ਅਖਬਾਰ ਭਰੇ ਕਿ ਅਰਦਾਸ ਏਦਾਂ। ਤੁਸੀਂ ਜਾਂਦੇ ਜੇ ਗੁਰੂ ਘਰਾਂ ਚ, ਤੁਸੀਂ ਏਦਾਂ ਜਾਂਦੇ ਜੇ ਪਹਿਲਾਂ ਰੇਡੀਓ ਤੇ ਮਸ਼ਹੂਰੀ ਦਿੰਦੇ ਜੇ ਕਿ ਮੈਂ ਕੱਲ ਨੂੰ ਅਰਦਾਸ ਕਰਨ ਜਾ ਰਿਹਾ ਜੀ, ਮੈਂ ਮੱਥਾ ਟੇਕਣ ਜਾ ਰਿਹਾ। ਮਤਲਬ ਹਰੇਕ ਚੀਜ਼ ਨੂੰ ਈਵੈਂਟ ਬਣਾ ਕੇ ਪੇਸ਼ ਕਰਨ। ਸੋ ਅੱਛਾ, ਜਵਾਕਾਂ ਨੂੰ ਸਹੁੰ ਚੁਕਾਉਣ ਦਾ ਮਤਲਬ ਕੀ ਹੈ ਤੁਹਾਡਾ? ਬਿਲਕੁਲ, ਕੀ ਗਰੰਟੀ ਆ ਕਿ ਤੁਸੀਂ ਐਫੀਡੈਵਿਟ ਦਿੰਦੇ ਹੋ 40,000 ਦੇ 40,000 ਬੱਚੇ ਜਿਹੜੇ ਆ ਇਹ ਗਾਂਹ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਗੇ? ਇਹਨਾਂ ਚ ਤੇ ਅੱਧੇ ਹੀ ਨਿਭ ਜਾਣ ਤੇ ਬਹੁਤ ਆ, ਅੱਧੇ ਹੀ ਨਿਭ ਜਾਣ ਤੇ ਬਹੁਤ ਆ। ਗੱਲ ਇਹ ਆ ਕਿ ਉਹਦਾ ਭਾਰ ਜੇ ਸਹੁੰ ਦਾ ਆਪਾਂ ਕਹਿੰਦੇ, ਸਹੁੰ ਬੁਰੀ ਹੁੰਦੀ ਹੈ, ਸੱਚੀ ਵੀ ਬੁਰੀ ਹੁੰਦੀ ਹੈ, ਝੂਠੀ ਵੀ ਮਾੜੀ ਹੁੰਦੀ ਆ, ਤੇ ਉਹਦਾ ਬਿਲਾ ਕਿਹਦੇ ਤੇ ਪੈਣਾ? ਸਹੁੰ ਨੂੰ ਬਣਾ ਰੱਖਿਆ ਤੇ ਤੁਸੀਂ ਤੇ ਤਮਾਸ਼ਾ। ਹੁਣ ਮੈਂ ਉਹ ਨਿੱਜੀ ਜ਼ਿੰਦਗੀ ਚ ਨਹੀਂ ਜਾਣਾ ਚਾਹੁੰਦਾ, ਤੁਹਾਨੂੰ ਸਮਝ ਆ ਹੀ ਗਈ ਹੋਣੀ। ਬਿਲਕੁਲ 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 ਸਹੁੰ ਤਾਂ ਤੁਹਾਡੇ ਵਾਸਤੇ ਏਦਾਂ ਹੋ ਗਈ ਆ ਕਿ ਜਿੱਦਾਂ ਬਸ ਯਾਰ ਇਹ ਤਾਂ ਪਾਣੀ ਆ, ਪੀ ਲਿਆ ਬਸ ਜਦੋਂ ਜੀ ਕੀਤਾ, ਕਸਮਾਂ ਦਾ ਕੀ ਆ ਜਿੱਥੇ ਜੀ ਕੀਤਾ ਖਾ ਲਿਆ। ਬਿਲਕੁਲ ਬਈ, ਗੱਲ ਆ ਤੇ ਅੱਛਾ ਅੱਛਾ, ਨਸ਼ਾ ਮੁਕਤ ਵਾਸਤੇ ਆਪਾਂ 1.5-2 ਸਾਲ ਕੀ ਸੁੱਤੇ ਪਏ ਸੀ ਤੁਸੀਂ? 300 ਬੰਦੇ ਦੀ ਰਿਪੋਰਟ ਆ ਓਵਰਡੋਜ਼ ਕਰਕੇ ਮਰਨ ਦੀ ਪੰਜਾਬ ਚ ਤੁਹਾਡੇ ਕਾਰਜਕਾਲ ਦੇ ਵਿੱਚ, ਤੇ ਹੁਣ ਹੀ ਤੁਹਾਨੂੰ ਜਾਗ ਆਈ ਸੁਖਬੀਰ ਸਿੰਘ ਬਾਦਲ ਵਾਂਗੂ ਕਿ ਨਸ਼ਾ ਬੜਾ ਯਾਰ ਪੰਜਾਬ ਚ, ਕਰੀਏ ਕੁਛ। ਅਰਦਾਸ ਤੇ ਤੁਹਾਨੂੰ ਜੇ ਕਰਨੀ ਸੀ ਤੇ ਜਦੋਂ ਖਟਖੜ ਕਲਾਂ ਚ ਸਹੁੰ ਚੁੱਕੀ ਆ ਤੇ ਇੱਕ ਉਦੋਂ ਹੀ ਚੁੱਕ ਲੈਂਦੇ ਨਾਲ, ਸਹੁੰ ਦਾ ਕੀ, ਸਹੁੰ ਜਿੱਥੇ ਮਰਜ਼ੀ ਚੁੱਕ ਲਓ। ਪੰਜਾਬ ਅੱਧਾ ਤੁਸੀਂ ਉੱਥੇ ਸੱਦਿਆ ਸੀਗਾ, ਲੱਖਾਂ ਬੰਦਾ ਸੱਦਿਆ ਉੱਥੇ, ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਦਾ ਧੂੰਆਂ ਕਢਾ ਦਿੱਤਾ, ਉਦੋਂ ਹੀ ਚੁੱਕ ਲੈਂਦੇ ਸਹੁੰ ਤੇ ਤੁਸੀਂ ਚੁੱਕਣੀ ਆ।
ਸਾਨੂੰ ਸਾਨੂੰ ਸੌ ਸੌ ਚੁਕਾਉਣ ਦਾ ਕੀ ਫਾਇਦਾ, ਸੌ ਤੁਸੀਂ ਚੁੱਕੋ ਕਿ ਮੈਂ ਨੇਕ ਨੀਅਤ ਨਾਲ ਕੰਮ ਕਰਾਂਗਾ ਬਈ। ਗੱਲ ਇਹ ਹੈ ਕਿ ਇਹ ਚਲੋ ਇਹ ਹੁਣ ਪਖੰਡ ਦੱਸ ਰਹੇ ਨੇ, ਕਹਿੰਦੇ ਜੇ ਇਹਨਾਂ ਨੇ ਸਿਆਸੀ ਡਰਾਮਾ ਕੀਤਾ, ਪਰ ਮੈਂ ਅਰਦਾਸ ਦੇ ਮਾਮਲੇ 'ਚ ਨਹੀਂ ਕੁਛ ਕਹੂੰਗਾ। ਅਰਦਾਸ ਜੋਦੜੀ ਬੇਨਤੀ ਮੈਂ ਖੁਦ ਕਰਦਾ, ਸਵੇਰੇ ਤੜਕੇ ਉੱਠ ਕੇ ਸ਼ੁਕਰਾਨਾ ਕਰੀਦਾ ਕਿ 24 ਘੰਟਿਆਂ ਦਾ ਦਾਤਾ ਪੈਕੇਜ ਦਿੱਤਾ, ਇਹਦੇ ਨਾਲ ਦੀ ਅਦੁੱਤੀ ਦਾਤ ਹੀ ਇੰਨੀ ਵੀ ਤੇਰੀ ਸ਼ੁਕਰਾਨਾ। ਅਰਦਾਸ ਇਹ ਕਰੀਦੀ ਇਹਨਾਂ 24 ਘੰਟਿਆਂ 'ਚ ਕਿਸੇ ਦਾ ਬੁਰਾ ਨਾ ਹੋ ਜਾਵੇ। ਬਿਲਕੁਲ, ਪਰ ਗੱਲ ਇਹ ਆ ਤੇ ਨਿਰਮਲ ਕਰੋ ਮਨ ਨੂੰ ਜੀ, ਪਹਿਲਾਂ ਤੇ ਪਛੋਤਾਵਾ ਕਰੋ, ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ 'ਚ ਫੇਲ ਹੋਏ, ਪਹਿਲਾਂ ਮਾਫੀ ਮੰਗੋ ਸਤਿਗੁਰੂ ਦੇ ਉੱਥੇ ਦਰ ਤੇ ਜਾ ਕੇ ਜੀ। 9058131320958131320। ਸਿੰਘਮ ਨੇ ਦੋਸ਼ ਨਕਾਰ ਕੇ ਲਿਆਂਦਾ ਨਵਾਂ ਮੋੜ, ਕੀ ਕਹਿਣਾ ਚਾਹੋਗੇ? ਇਹ ਸਿੰਘਮ ਉਹ ਨਹੀਂ ਹੈ ਜਿਹੜਾ ਅਜੇ ਦੇਵਗਨ ਬਣਿਆ ਸੀ, ਸਮਝ ਗਏ? ਹਾਂਜੀ, ਇਹ ਸਿੰਘਮ ਉਹ ਸਿੰਘਮ ਤੋਂ ਕਾਲੀ ਸਕਾਰਪੀਓ ਬੜੀ ਚੱਲੀ ਅੱਜ ਕੱਲ੍ਹ, ਕਾਲੀ ਸਕਾਰਪੀਓ ਦੇ ਵਿੱਚ ਵੀ ਮੁੰਡੇ ਜਾਂਦੇ ਨੇ ਤੇ ਪਿੱਛੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਸੰਧੋ ਮਿੰਟੂ ਜੀ। ਇੱਥੇ 30-31-32 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ, ਹਾਰਨ ਅਸੀਂ ਗੱਡੀ ਦਾ ਕਿਤੇ ਵੱਜਦਾ, ਕਿਸੇ ਦੀ ਐਮਰਜੈਂਸੀ ਹੋਵੇ, ਕੋਈ ਬਹੁਤਾ ਜ਼ਿਆਦਾ ਕਿਸੇ ਨੂੰ ਕੋਈ ਓਵਰਟੇਕ ਕਰ ਰਿਹਾ ਹੋਵੇ, ਪਹਿਲਾਂ ਕੋਈ ਵਿਆਹ ਵਾਲੀ ਸੱਜੀ ਕਾਰ ਸੱਜ ਕੇ ਜਾਂਦੀ ਸੀ ਨਾ, ਸਮਰ ਕੇ ਕਾਰ ਜਾਂਦੀ ਸੀ ਇੱਥੇ ਗੋਰਿਆਂ ਦੀਆਂ, ਉਦੋਂ ਕਿਤੇ ਹਾਰਨ ਮਾਰਦੇ ਹੁੰਦੇ ਸੀ ਲੋਕ, ਪੀਪਣੀਆਂ ਨੂੰ ਅਸੀਂ ਕਹਿੰਦੇ ਵੀ ਆ ਖੁਸ਼ੀ ਸ਼ਾਮਲ ਹੁੰਦੇ ਸੀ। ਆ ਨਾਇਗਰਾ ਫਾਲ ਦੇ ਚਲ ਜਾਓ ਤੁਸੀਂ, ਟਰੱਕਾਂ ਵਾਲੇ ਉਹ ਹਾਰਨ ਨੇ ਜਿਹੜੀਆਂ ਮਿਊਜ਼ੀਕਲੀ ਛੱਡਦੇ ਵੇਵਸ ਹਨ, ਹਾਰਨ ਵਜਾਉਂਦੇ ਕਿ ਲੋਕ ਤੋਏ ਤੋਏ ਕਰ ਰਹੇ ਨੇ ਤੇ ਉੱਤੋਂ ਸੋਹਣੀਆਂ ਦਸਤਾਰਾਂ ਸਜਾਈਆਂ ਹੁੰਦੀਆਂ ਨੇ ਤੇ ਕੌਮ ਨੂੰ ਕਟਹਿਰੇ 'ਚ ਖੜਾ ਕਰ ਰਹੇ ਨੇ। ਆਹ ਵਾ ਲੋਕ ਜਿਨ੍ਹਾਂ ਨੂੰ ਟਰੂਡੋ ਨੇ ਵੀਜੇ ਦੇ ਸੱਦਿਆ ਇੱਥੇ, ਆਹ ਵਾ ਲੋਕ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ। ਇੰਨਾ ਇੰਨਾ ਮਤਲਬ ਫੁਕਰਾਪਣ ਕਹੂੰਗਾ ਮੈਂ, ਇੰਨਾ ਫੁਕਰਾਪਣ, ਪਤਾ ਨਹੀਂ ਬਾਪੂ ਨੇ 40-50 ਲੱਖ ਰੁਪਇਆ ਲਾ ਕੇ ਕਿਵੇਂ ਭੇਜਿਆ ਇਹ। ਪਰ ਇਹ ਉਹ ਨੇ ਜਿਨ੍ਹਾਂ ਦੇ ਬਾਪੂਆਂ ਨੇ ਲੋਕਾਂ ਨੂੰ, ਜਿਵੇਂ ਤੁਸੀਂ ਗੱਲ ਕਰ ਲਓ ਕਿ ਕੋਈ SSP DSP ਜਾਂ ਕੋਈ ਦੋ ਨੰਬਰ ਦਾ ਧੰਦਾ, ਇਹ ਜਿਨਸਾਂ ਉਹ ਨੇ ਜਿਨ੍ਹਾਂ ਨੇ ਇਹੋ ਜਿਹੇ ਕੰਮ ਫੜੇ ਹੋਏ ਨੇ, ਗੱਡੀਆਂ ਸ਼ਿੰਗਾਰ ਕੇ ਲੰਡੀਆਂ ਦੇ ਉਹਦੇ ਵਿੱਚ। ਅਸੀਂ ਇਹ ਨਹੀਂ ਕਹਿੰਦੇ ਸਾਰੇ ਆ, ਅਸੀਂ ਨਹੀਂ ਕਹਿੰਦੇ ਸਾਰੇ ਆ, ਪਰ ਲਾਓ ਤੁਸੀਂ ਮਿਊਜ਼ਿਕ ਸਿਸਟਮ, ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਹਾਂਜੀ, ਕੰਟੀਨਿਊ ਕਰੋ ਤੁਸੀਂ ਆਪਣੀ ਗੱਲ। ਹਾਂਜੀ, ਇਹ ਤਾਂ ਛੱਡੋ ਹੁਣ ਗੱਲਾਂ ਜਿਹੜੀਆਂ ਫੁਕਰ ਬਣੇ। ਕੱਲ ਮੈਂ ਜਿਮ ਤੋਂ ਆ ਰਿਹਾ ਸੀਗਾ ਤੇ ਹਾਈਵੇ ਦੇ ਨਾਲ ਜਿਹੜੀ ਸਰਵਿਸ ਰੋਡ ਹੁੰਦੀ ਹੈ, ਮੈਂ ਉੱਧਰ ਆ ਰਿਹਾ, ਮੈਂ ਵੀਡੀਓ ਬਣਾਉਣ ਲੱਗਾ, ਫਿਰ ਮੈਂ ਕਿਹਾ ਇਹ ਮੇਰੇ ਗਾਲੀ ਨਾ ਪੈ ਜਾਣ, ਮੈਨੂੰ ਕੁੱਟ ਦੇਣਗੇ, ਮੈਂ ਡਰ ਗਿਆ। ਲੈ ਫੋਟੋ ਖਿਚਾਉਣ ਵਾਲੇ ਕਹਿੰਦੇ ਆ ਫਲਾਣੇ ਨਾਲ ਬਣਦੀ ਸਾਡੀ। ਹਾਂਜੀ, ਚਲੋ ਨਾ ਹੀ ਰੱਬ ਉਧਰ ਮੁੜੇ, ਉਹ ਤੇ ਹਾਂ ਬਿਲਕੁਲ, ਉਹ ਤੇ ਇੱਕ ਸੀਟੀ ਮਾਰੀ ਤੇ ਆ ਜਾਣਗੇ, ਉਹਨਾਂ ਦਾ ਕੰਮ ਤੇ ਹਾਲੇ ਵੀ ਉਹੀ ਆ। ਉਹ ਇੱਕ ਦਿਨ ਮੇਰੇ ਨਾਲ ਦਾ ਤੁਰ ਗਿਆ, ਉਹ ਕਹਿੰਦਾ ਰੁਕ ਰੁਕ ਰੁਕ, ਮੈਂ ਕਿਹਾ ਕੀ ਆ? ਉਹ ਕਹਿੰਦਾ ਕੋਈ ਇੱਕ ਦੋ ਪਿਸਟਲ ਹੀ ਲੈ ਜਾ, ਕਹਿੰਦਾ ਇੱਥੇ ਰੱਖ, ਤੁਰ ਕੱਲਾ ਤੁਰਿਆ ਫਿਰਿਆ। ਮੈਂ ਕਿਹਾ ਭਰਾਵਾ ਹੱਥ ਜੋੜੇ, ਮੈਂ ਤਾਂ ਮਰਵਾਉਣਾ ਹੀ ਮੈਨੂੰ। ਉਹ ਜਿਵੇਂ ਮਤਲਬ ਕਿ ਆਪਾਂ ਤੁਰੇ ਜਾਂਦੇ ਬੰਦੇ ਨੂੰ ਕਹਿੰਦੇ ਯਾਰ ਲੈ ਜਾ ਯਾਰ ਕੁਛ, ਮਤਲਬ ਕਿ ਨਾ ਭੁੱਖ ਲੱਗੀ ਖਾ ਲਿਓ, ਦੋ ਪਰੌਂਠੇ ਬੰਨ ਦੇਣਾ। ਉਹ ਮੈਂ ਕਿਹਾ ਭਰਾਵਾ, ਮੈਂ ਤਾਂ ਕਹਿੰਦਾ ਮੈਂ ਜਵਾਕ ਪਟਾਕਾ ਚਲਾਉਂਦੇ ਤੇ ਮੇਰਾ ਹੱਟ ਫੇਰ ਨੂੰ ਕਰਦਾ, ਤੂੰ ਤੂੰ ਕਹਿੰਦਾ ਇਹ ਸਮਾਨ ਲੈ ਜਾ, ਉਹ ਮਿੰਦੂ ਗਿਆ ਰੱਖੀ ਰੱਖ ਤੂੰ, ਉਹ ਮਿੰਟੂ ਗਿਆ ਦਫ਼ਾ ਕਰੋ, ਕੀ ਲੈਣਾ ਇਹਨਾਂ ਕਿਸੇ ਤੋਂ। ਉਹ ਗੱਲ ਕਰਦੇ ਤੇ ਮੈਂ ਉੱਥੋਂ ਲੰਘਿਆ, ਬਰਾਤ ਜਾ ਰਹੀ ਸੀਗੀ, ਉਹ ਸਾਡੇ ਉੱਧਰ ਨਾ ਪੈਲਸ ਨੇ ਬੜੇ ਤਗੜੇ ਸ਼ਹਿਰ ਦੇ ਬਾਹਰ ਬਾਹਰ, ਤੁਸੀਂ ਹਿਸਾਬ ਲਾ ਲਓ ਕਿ ਉਹ ਬਰਾਤੀ ਜਿਹੜੇ ਸੀਗੇ ਤਕਰੀਬਨ 15 ਗੱਡੀਆਂ 'ਚ ਸੀਗੇ, ਤੇ ਜਿਹੜੀਆਂ ਉੱਤੋਂ ਛੱਤ ਜੀ ਖੁੱਲ ਜਾਂਦੀ ਆ, ਹਰੇਕ ਗੱਡੀ 'ਚੋਂ ਤਕਰੀਬਨ ਮਤਲਬ ਕਿ 15 ਚੋਂ ਲਾ ਲਓ ਵੀ 5-7 ਗੱਡੀਆਂ 'ਚੋਂ ਹਰੇਕ 'ਚੋਂ ਉੱਤੇ ਉਹ ਬੈਠੇ ਛੱਤ ਤੇ। ਅੱਛਾ, ਤੇ ਜਿਹਦੀ ਛੱਤ ਨਹੀਂ ਸੀ ਖੁੱਲ ਰਹੀ, ਉਹ ਬਾਰੀਆਂ ਦਾ ਸ਼ੀਸ਼ਾ ਜਿਹੜਾ ਹੁੰਦਾ ਵਿੰਡੋ, ਉਹਦੇ 'ਚੋਂ ਬਹਿ ਕੇ ਚਾਰੇ ਬਾਰੀਆਂ 'ਚੋਂ ਮਤਲਬ ਕਿ ਡਰਾਈਵਰ ਨੂੰ ਛੱਡ ਦਈਏ, ਜੇ ਚਾਰਾਂ 'ਚੋਂ ਤਿੰਨਾਂ ਸਾਈਡਾਂ 'ਤੇ ਬੈਠੇ
ਵੀ ਇਹ ਇਹ ਦੇਖੋ ਇਹ ਬਰਾਤ ਇਹ ਕੁੜੀ ਵਿਆਹਣ ਦਾ ਕਿਹੜਾ ਤਰੀਕਾ ਹੈ ਵੀ ਕੋਈ ਮੰਨ ਲਓ ਇੱਧਰ ਉੱਧਰ ਕੋਈ ਤੁਹਾਡੇ ਵਰਗਾ ਹੋਰ ਫੁਕਰਾ ਆ ਗਿਆ ਤੇ ਉਹਨੇ ਨਾਲੋਂ ਖਹਿ ਕੇ ਲੰਘਾਈ ਤੇ ਧੜ ਉਹ ਵਿੱਚ ਰਹਿ ਜਾਣਾ ਕਾਰ ਦੇ ਤੇ ਸਿਰ ਗਾਂਹ ਲੈ ਜਾਣਾ ਅਦਾ ਹੋ ਗਿਆ ਤੇ ਕਿਆ ਹੋ ਗਿਆ ਫਿਰ ਇਹਨਾਂ ਨੇ ਕਹਿਣਾ ਬਈ ਦਾਤੇ ਨੇ ਨਾ ਬੜਾ ਧੱਕਾ ਕੀਤਾ ਸਾਡੇ ਨਾਲ ਮੁੰਡਾ ਤੇ ਹਾਲੇ 20 ਸਾਲਾਂ ਦਾ ਸੀ ਮੁੰਡਾ 20 ਸਾਲਾਂ ਦੀ ਉਮਰ ਚ ਸ਼ੈਤਾਨ ਬਣਿਆ ਪਿਆ ਕਰੋਗੇ ਕੀ ਸੋ ਕਹਿਣ ਦਾ ਮਤਲਬ ਕਿ ਵਾਕਿਆ ਫੁਕਰਾ ਪੰਥੀ ਤੇ ਸਾਨੂੰ ਜਿਹੜੀ ਆ ਨਾ ਉਹ ਲਈ ਬੈਠੀ ਆ ਖੈਰ ਆਪਾਂ ਜਿਹੜੀ ਗੱਲ ਕਰਦੇ ਪਏ ਸੀ ਸਿੰਘ ਵਾਲੀ ਤਾਂ ਉਹ ਗੱਲ ਨਿਕਲਦੀ ਨਿਕਲਦੀ ਸਕਾਰਪੀਓ ਤੋਂ ਵੇਖੋ ਕਿੱਧਰ ਨੂੰ ਤੁਰ ਗਈ ਆ ਤਾਂ ਸਿੰਘਮ ਉਹ ਮਸਲਾ ਹੈ ਜਿਹੜਾ ਨਿਊਜ਼ ਕਲਿੱਕ ਨਾਲ ਜੁੜਦਾ ਕਿਉਂਕਿ ਇਹੀ ਉਹ ਸ਼ਖਸ ਆ ਇਹਦਾ ਮਤਲਬ ਕਿ ਜੇ ਆਪਾਂ ਦੇਖੀਏ ਇੰਡੀਆ ਦਾ ਕਨੈਕਸ਼ਨ ਜਿਹੜਾ ਵੈਸੇ ਇਹ ਕਾਮਰੇਡ ਦਾ ਮੁੰਡਾ ਮਿਆਂਮਾਰ ਚ ਮਤਲਬ ਕਿ ਉਹ ਜੰਮਿਆ ਸੀਗਾ ਲੰਕਾ ਚ ਰਹੇ ਨੇ ਫਿਰ ਉਸ ਤੋਂ ਬਾਅਦ ਇਹ ਪੱਕੇ ਤੌਰ ਤੇ ਇੱਥੇ ਸੈੱਟ ਹੋ ਗਿਆ US ਦੇ ਵਿੱਚ ਤਾਂ ਨਿਊਯਾਰਕ ਟਾਈਮਸ ਨੇ ਇੱਕ ਖਬਰ ਛਾਪੀ ਸੀਗੀ ਕਿ ਇਹਦੇ ਜ਼ਰੀਏ ਫੰਡਿੰਗ ਹੋਈ ਆ ਨਿਊਜ਼ ਕਲਿੱਕ ਨੂੰ ਜਿਹੜੇ ਛਾਪੇ ਪਏ ਸੀਗੇ ਪੱਤਰਕਾਰਾਂ ਤੇ ਹੁਣ ਇਹਨੇ ਚੁੱਪ ਤੋੜੀ ਇਹਨੇ ਆਖਿਆ ਕਿਸੇ ਵੀ ਸਰਕਾਰ ਜਾਂ ਸਿਆਸੀ ਪਾਰਟੀ ਤੋਂ ਮੈਂ ਫੰਡ ਲਿਆ ਹੀ ਨਹੀਂ ਕਦੇ ਇਹ ਬਿਲਕੁਲ ਝੂਠ ਹੈ ਉਧਰ ਅੱਜ ਨਿਊਜ਼ ਕਲਿੱਕ ਦੇ ਜਿਹੜੇ ਫਾਊਂਡਰ ਨੇ ਪ੍ਰਕਾਸ਼ ਜੀ ਪ੍ਰਕਾਸ਼ ਤਾਂ ਵੈਸੇ ਨਾਂ ਔਖਾ ਹੈ ਉਹਨਾਂ ਦਾ ਤਾਂ ਉਹਨਾਂ ਦੀ ਕਹਿ ਲਓ ਕਿ ਸੁਣਵਾਈ ਵੀ ਆ ਤਾਂ ਸੁਣਵਾਈ ਤੋਂ ਪਹਿਲਾਂ ਇਹ ਬਿਆਨ ਕਾਫੀ ਆਪਾਂ ਕਹਿ ਲਈਏ ਕਿਉਂਕਿ ਹੁਣ ਸਬੂਤ ਇੱਥੇ ਤੇ ਇਹਨੇ ਜ਼ਿਆਦਾ ਪਤਾ ਨਹੀਂ ਇਹਨੇ ਜੁਟਾਏ ਆ ਕਿ ਨਹੀਂ ਜਿਹੜੀ ਉਹ ਨਿਊਯਾਰਕ ਟਾਈਮਸ ਦੀ ਅਖਬਾਰ ਦੀ ਖਬਰ ਆ ਨਾ ਉਹਨੂੰ ਵੀ ਆਧਾਰ ਬਣਾਇਆ ਗਿਆ ਇੱਥੇ ਦੇ ਪਰਚੇ 'ਚ ਜੀ ਸਾਡੇ ਨਾਲ ਕਾਲਰ ਨੇ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ 905-813-1320 ਤੇ ਕਾਲ ਕੀਤੀ ਜਾ ਸਕਦੀ ਹੈ ਅਸੀਂ ਵੀ ਕਨੇਡਾ ਜ਼ਰੂਰ ਆਵਾਂਗੇ ਜੇ ਸਿੱਧੇ ਤਰੀਕੇ ਨਾਲ ਗੱਲ ਨਾ ਬਣੀ ਤਾਂ ਕੋਈ ਪੁੱਠਾ ਤਰੀਕਾ ਅਪਣਾਵਾਂਗੇ ਜੇ ਆਈਲੈਂਡ ਪਾਸ ਨਾ ਹੋਇਆ ਤਾਂ ਪੈਸੇ ਦੇ ਜ਼ੋਰ ਨਾਲ ਲੋੜਵੰਦ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾਵਾਂਗੇ ਕੋਈ ਮੇਲ ਕੋਈ ਕੰਪੀ ਆਪਣੇ ਕੰਪੈਟੀਟਿਵਲੀ ਨਾ ਵੀ ਹੋਈ ਤਾਂ ਵੀ ਵਿਆਹ ਕਰਵਾ ਕੇ ਜ਼ਰੂਰ ਆਵਾਂਗੇ ਆਉਣਾ ਪਰ ਕਨੇਡਾ ਜ਼ਰੂਰ ਆਵਾਂਗੇ ਹਾਂਜੀ ਕੋਈ ਮੇਲ ਜੋਲ ਨਾ ਵੀ ਆਇਆ ਪੈਸਾ ਦੇ ਕੇ ਵਿਆਹ ਕਰਵਾ ਕੇ ਜ਼ਰੂਰ ਆਵਾਂਗੇ ਜੇ ਗੱਲ ਨਾ ਬਣੀ ਤਾਂ 2 ਨੰਬਰ ਦੇ ਧੰਦੇ ਦੇ ਨਾਲ ਵੀ ਆਵਾਂਗੇ ਸੁਣਾਉਂਦਾ ਮੈਂ ਤੁਹਾਨੂੰ ਕਵਿਤਾ ਪਰੰਤੂ ਕਾਲਰ ਹੱਸਦੇ ਪਏ ਨੇ ਹਾਂਜੀ ਵੈਲਕਮ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਜਿਹੜੀ ਹੈ ਨਾ ਅਰਦਾਸ ਕਹਿੰਦੇ ਕੀਤੀ ਆ ਇਹ ਇਹ ਤਾਂ ਨੀ ਕਹਿੰਦੇ ਹਾਈ ਕੋਰਟ ਨੇ ਜਿਹੜੀ ਝਾੜ ਪਾਈ ਆ 2 ਦਿਨ ਪਹਿਲਾਂ ਵੀ ਤੁਹਾਡੀ ਪੁਲਿਸ ਲੜੀਊ ਆ ਤਸਕਰਾਂ ਨਾਲ ਜਾਂ ਤਾਂ ਉਸ ਖਬਰ ਨੂੰ ਘੱਟ ਕਰਨ ਲਈ ਜਾਂ ਫਿਰ ਉਹ ਜਿਹੜਾ ਈਵੈਂਟ ਮੈਨੇਜਮੈਂਟ ਕਰਨ ਵਾਸਤੇ ਅਕਸਰ ਇਹ ਆਪਣੇ ਨਾ ਪਿਤਾ ਦਾ ਨਾਂ ਲੈਂਦੇ ਆ ਕਿ ਮਾਸਟਰ ਮਹਿੰਦਰ ਦਾ ਮੁੰਡਾ ਮੈਂ ਕਿ ਉਹ ਮਾਸਟਰ ਨੇ ਆਪਣੇ ਪੁੱਤ ਨੂੰ ਨੀ ਅਜੇ ਤੱਕ ਰਾਖਾਈ ਸੀਗੀ 50 ਸਾਲ ਤੇ ਹੋਏ ਹੁਣ ਆਪਣੇ ਆਪ ਥੋੜਾ ਸੁਧਾਰਿਆ ਇਹਦੇ ਵਾਸਤੇ ਕਿਸੇ ਨਾ ਰਾਜਨੀਤਿਕ ਸਿੰਘ ਵੀ ਸੁਧਰ ਜਾਵੇ ਕੀ ਕਹਿੰਦੇ ਜੀ ਸਾਡੇ ਇੱਕ ਕਾਲਰ ਦਾ ਟੈਕਸਟ ਮੈਸੇਜ ਵੀ ਨਾਲ ਆਇਆ ਉਹ ਕਹਿੰਦੇ ਆ ਸਰਬਜੀਤ ਸਿੰਘ ਜੀ ਲਿਖਦੇ ਨੇ ਕਿ ਮੋਦੀ ਸਾਹਿਬ ਦੀ ਨਕਲ ਕਰ ਰਹੇ ਨੇ ਮੁੱਖ ਮੰਤਰੀ ਬਿਲਕੁਲ ਹਾਂਜੀ ਬਿਲਕੁਲ ਜੀ ਹੋਈ ਆ ਜੀ ਥੈਂਕ ਯੂ ਜੀ ਮੈਨੂੰ ਇਹ ਸੀ ਮੈਂ ਕਿਹਾ ਇਸ ਜਾਨ ਚ ਮੋਦੀ ਨੂੰ ਕੋਈ ਟੱਕਰ ਨਹੀਂ ਦੇ ਸਕਦਾ ਕਿਉਂਕਿ ਟਰੰਪ ਤੇ ਹੁਣ ਸਾਬਕਾ ਹੋ ਗਿਆ ਆਹਾ ਤੇ ਪਰ ਮੈਨੂੰ ਨਹੀਂ ਸੀ ਪਤਾ ਕਿ ਸਾਡੇ ਤੇ ਆਪਦੇ ਘਰ ਚ ਹੀ ਬੈਠਾ ਟੱਕਰ ਦੇ ਨਾਲ ਵਾਕਿਆ ਗੱਲ ਸਹੀ ਆ ਈਵੈਂਟ ਮੈਨੇਜਮੈਂਟ ਤੋਂ ਲੈ ਕੇ ਤੇ ਜੋ ਗੱਲਾਂ ਦੇਖੋ ਕਿਸ ਤਰ੍ਹਾਂ ਦੀਆਂ ਮੁੜਕਾ ਵੇਖਦਾ ਜੀ ਕਿਸੇ ਖਿਡਾਰੀ ਦਾ ਕਿ ਕਿਆ ਯਾਰ ਕਿਹੜੀਆਂ ਗੱਲਾਂ ਨੇ ਇਹਨਾਂ ਦੇ ਝੂਠਾਂ ਦੀ ਜਿੱਦਣ ਲਿਸਟ ਬਣਨੀ ਸ਼ੁਰੂ ਹੋ ਗਈ ਨਾ ਹੁਣ ਜਿੱਦਾਂ ਮੈਂ ਇੱਕ ਭਾਸ਼ਣ ਚੋਂ 2-3 ਚੀਜ਼ਾਂ ਦੱਸਤੀਆਂ ਤੁਹਾਨੂੰ ਜਾਂ ਸਮਝਿਆ ਜਿੱਦਣ ਤਾਂ ਉਦਣ ਉਹ ਰਿਕਾਰਡ ਟੁੱਟ ਜਾਣਾ ਜਿਵੇਂ ਮੋਦੀ ਸਾਹਿਬ ਦੇ ਝੂਠ ਜਿਹੜੇ ਭਾਸ਼ਣ ਦੇ ਵਿੱਚ ਫੜੇ ਜਾਂਦੇ ਆ ਉਹਨਾਂ ਦਾ ਵੀ ਇੱਕ ਖਾਸਾ ਹੈ ਕਿ ਉਹ ਵੀ ਕਦੇ ਮੰਨਦੇ ਨਹੀਂ ਹੈ ਬਿਲਕੁਲ ਬਿਲਕੁਲ ਵੀ ਮੈਥੋਂ ਗਲਤ ਹੋ ਗਿਆ ਇਹਨਾਂ ਦਾ ਵੀ ਇਹ ਆ ਇਹ ਕਦੇ ਆਪਣੀ ਗਲਤੀ ਨਹੀਂ ਸੁਧਾਰਦੇ ਗੱਲ ਇਹ ਆ ਕਿ ਝੂਠ ਉਹਨਾਂ ਦੇ ਭਗਤ ਵੀ ਨਹੀਂ ਮੰਨਦੇ ਉਹਨਾਂ ਨੂੰ ਵੀ ਪਤਾ ਹੁੰਦਾ ਬੜਾ ਮਾੜਾ ਜਿਹਾ ਮੀਨਾ ਜਿਹਾ ਮੁਸਕਰਾ ਕੇ ਨਹੀਂ ਨਹੀਂ ਉਹ ਚਲੋ ਹੋ ਜਾਂਦਾ ਫਿਰ ਕੀ ਆ ਉਹ ਫਿਰ ਹੋਰ ਤੋੜ ਲੱਭ ਲਿਆਉਂਦੇ ਆ ਅੱਛਾ ਉਹ ਕੱਲ ਵੀ ਆਪਾਂ ਗੱਲ ਕਰਦੇ ਸੀਗੇ ਆਖੇ 2 ਰਾਤਾਂ ਬੀਬੀ ਸੁੱਤੀ ਹੋਈ ਨਹੀਂ ਹਾਏ ਹਾਏ ਤੇ ਇੱਕ ਮੈਨੂੰ ਪਤਾ ਲੱਗਾ ਤੇ 1 ਰਾਤ ਮੈਂ ਨਹੀਂ ਸੁੱਤਾ ਓਏ ਦੱਸੋ ਕਮਾਲ ਹੋ ਗਿਆ ਗਰੀਬ ਘਰਾਂ ਦੇ ਕਾਕੇ ਜਿਹੜੇ ਨੇ ਉਹ ਜੱਜ ਬਣ ਗਏ ਨੇ ਨਾ ਨਾ ਪਹਿਲੀ ਵਾਰੀ ਗਰੀਬ ਘਰ ਦਾ ਬੱਚਾ ਕੋਈ ਪਹਿਲੀ ਵਾਰੀ ਉਹ ਅਰੇ ਹਜ਼ੂਰ ਅੱਜ ਤੋਂ 20 ਸਾਲ ਪਹਿਲਾਂ 30 ਸਾਲ ਪਹਿਲਾਂ ਜਿਹੜੇ ਸਾਨੂੰ ਟੀਚਰ ਪੜ੍ਹਾਉਂਦੇ ਸੀ ਉਹ ਸਾਰੇ ਹੀ ਗਰੀਬ ਘਰਾਂ ਦੇ ਸੀ ਕਿਉਂਕਿ ਉਹ ਤੋਂ ਹੈ ਹੀ ਗਰੀਬੀ ਸੀਗੀ 2.5-3 ਸਾਲ ਪਿੱਛੇ ਚੱਲ ਜਾਓ ਜਲੰਧਰ ਦੀ ਇੱਕ ਖਬਰ ਆ ਉੱਥੇ ਜਲੰਧਰ ਦੇ ਵਿੱਚ ਸੀ ਗਿਆ ਬੈਂਕ ਦੇ ਸਾਹਮਣੇ ਹੀ ਮੇਰੇ ਖਿਆਲ ਜਲੰਧਰ ਦੇ ਕੋਰਟ ਦੇ ਸਾਹਮਣੇ ਉਹ ਕਰਦੀ ਸੀ ਤੇ ਉਹ ਜੱਜ ਬਣੀ ਕੁੜੀ
ਮੋਚੀ ਸੀ ਉਹਦਾ ਪਿਓ। ਮੈਂ ਕਹਿੰਦਾ ਜੀ ਮੈਂ ਇੰਨੀਆਂ ਖਬਰ ਵੀ ਛਪੀ ਸੀ ਆਪਣੇ ਆਪਣੇ ਆਲੇ ਦੁਆਲੇ ਸਧਾਰਨ ਘਰ ਦਾ ਬੱਚਾ ਸੀਗਾ, ਐਡਾ ਤਗੜਾ ਬਿਜ਼ਨਸਮੈਨ ਬਣ ਗਿਆ। ਸੋ ਇਹ ਚੱਲਦਾ ਆ, ਤਾਂ ਤੁਸੀਂ ਉਸ ਚੀਜ਼ ਨੂੰ ਵਡਿਆਉਂਦੇ ਵਡਿਆਉਂਦੇ ਇੰਨਾ ਗਾਂਹ ਚਲੇ ਜਾਂਦੇ ਹੋ। ਪਰ ਇਹ ਗੱਲ ਆ ਕਿ ਜੋ ਇਹ ਕਰ ਰਹੇ ਨੇ ਬਿਲਕੁਲ ਜਿਹੜੀ ਹੈਗੀ ਆ ਈਵੈਂਟ ਮੈਨੇਜਮੈਂਟ ਦੀ ਰਾਜਨੀਤੀ ਉਹ ਇਹ ਨਹੀਂ ਕਰ ਰਹੇ, ਅਸਲ ਦੇ ਵਿੱਚ ਉਹ ਦਿੱਲੀ ਵਾਲੇ ਕਰ ਰਹੇ ਜੀ। ਆਪਾਂ ਦਿੱਲੀ ਵਾਲਿਆਂ ਦਾ ਕੰਮ ਆ। ਕੌਲਾਂ ਨੇ ਦੋ, ਫਿਰ ਅਸੀਂ ਮਿਸਰ ਦਾ ਜਿਹੜਾ ਹੈ ਬਾਰਡਰ ਖੁੱਲਣ ਦੀ ਖਬਰ ਹੈ, ਪਰੰਤੂ ਉਸ ਤੋਂ ਪਹਿਲਾਂ ਕਿਸਾਨਾਂ ਦੇ ਬਾਰੇ ਕਣਕ ਦੇ ਭਾਅ ਦੇ ਵਿੱਚ ਵੱਡਾ ਵਾਧਾ ਹੋਇਆ ਇਹ ਇੱਕ ਖਬਰ ਅਹਿਮ ਹੈ ਤੇ ਗੱਲਬਾਤ ਕਰਾਂਗੇ। ਕੌਲ ਲੈ ਲੈਂਦੇ ਹਾਂ, ਵੈਲਕਮ ਜੀ। ਹਾਂਜੀ ਚਾਦਾ ਸਾਹਿਬ ਸਤਿ ਸ੍ਰੀ ਅਕਾਲ, ਮਿੰਟੂ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ, ਮਿੰਟੂ ਜੀ ਥੋੜੀ ਜਿਹੀ ਅਪਡੇਟ ਦਿਓਗੇ ਖਹਿਰਾ ਸਾਹਿਬ ਬਾਰੇ ਕੀ ਹੋ ਰਿਹਾ, ਜੇ ਤੁਸੀਂ ਦੱਸ ਚੁੱਕੇ ਤਾਂ ਆਮ ਸੋਰੀ ਮੈਂ ਸੁਣਿਆ ਨਹੀਂ ਹੋਗਾ, ਤੇ ਜੇ ਨਹੀਂ ਤੇ ਪਲੀਜ਼ ਦੱਸਿਓ ਜੇ ਅਪਡੇਟ ਤੁਹਾਡੇ ਕੋਲ ਕੋਈ ਹੈਗੀ ਹੈ। ਥੈਂਕ ਯੂ ਜੀ ਵੈਰੀ ਮਚ। ਮੈਂ ਸੁਖਪਾਲ ਸਿੰਘ ਖਹਿਰਾ ਦੇ ਜਿਹੜੀ ਹੈਗੀ ਆ ਨਾ ਸੁਣਵਾਈ ਉਹ ਮੁਕੰਮਲ ਹੋ ਚੁੱਕੀ ਹੈ ਤੇ ਅੱਜ ਫੈਸਲਾ ਆ ਸਕਦਾ ਹੈ, ਤੇ ਉਹ ਫੈਸਲਾ ਆਉਣਾ ਗ੍ਰਿਫਤਾਰੀ ਤੇ। ਜੇ ਗ੍ਰਿਫਤਾਰੀ ਹੀ ਨਜਾਇਜ਼ ਮੰਨੀ ਗਈ ਤੇ ਸੁਖਪਾਲ ਸਿੰਘ ਖਹਿਰਾ ਬਸ ਠੀਕ ਠਾਕ ਯਾਰ, ਜੇ ਮੰਨ ਲਓ ਉਹਨਾਂ ਨੇ ਕੋਈ ਰਾਹਤ ਨਾ ਦਿੱਤੀ ਹਾਈਕੋਰਟ ਵਾਲਿਆਂ ਨੇ, ਦੈਨ ਇਹਨਾਂ ਦੇ ਕੋਲ ਆਪਸ਼ਨ ਹੋਏਗਾ ਜ਼ਮਾਨਤ ਲਾਉਣ ਦਾ, ਕਿਉਂਕਿ ਹਾਈਕੋਰਟ ਨੇ ਕਿਹਾ ਕਿ ਤੁਹਾਨੂੰ ਹੇਠਲੀਆਂ ਅਦਾਲਤਾਂ ਚ ਜ਼ਮਾਨਤ ਲਾਉਣ ਦੀ ਲੋੜ ਨਹੀਂ ਜੇ ਹੈਗੀ, ਤੁਸੀਂ ਸਿੱਧੀ ਜ਼ਮਾਨਤ ਲਾ ਸਕਦੇ ਜੀ, ਤਾਂ ਫਿਰ ਉਹ ਜ਼ਮਾਨਤ ਲਾਉਣਗੇ, ਯਾਨੀ ਉਹ ਜ਼ਮਾਨਤ ਹੋ ਜਾਣੀ ਹੈ ਮੇਰਾ ਮੰਨਣਾ, ਕੁਛ ਵੀ ਕਰ ਲੈਣ ਮਹੀਨਾ ਖੰਡ ਹੀ ਆ ਹੋਰ, ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਹੋ ਜਾਣੀ ਆ, ਉਹ ਜ਼ਮਾਨਤ ਧੜਾ ਧੜ ਹੋਣ ਡਈਆਂ, ਤੁਸੀਂ ਆ ਦੇਖੋ ਮਨਪ੍ਰੀਤ ਬਾਦਲ ਵਰਗੇ ਜ਼ਮਾਨਤ ਲੈ ਗਏ। ਇਹ ਥੋੜਾ ਡਰੱਗ ਵਾਲਾ ਕੇਸ ਆ, ਇਹਦੇ ਚ ਜੇ ਮੰਨ ਲਓ ਕਸਟਡੀ ਚਾਹੀਦੀ ਹੋਈ ਤਾਂ ਫਿਰ ਜਿਵੇਂ ਵਿਕਰਮ ਮਜੀਠੀਆ ਤੋਂ ਕਸਟਡੀ ਇਹਨਾਂ ਨੇ ਕਰਵਾਈ ਸੀਗੀ ਕੁਛ ਕੁ ਮਹੀਨਿਆਂ ਦੀ, ਉਹ ਕਸਟਡੀ ਵੀ ਫਿਰ ਥੋੜੀ ਜਿਹੀ ਅਹਿਮ ਹੋ ਜਾਂਦੀ ਆ। ਲੋ ਅਗਲੀ ਕਾਲ ਲੈਣੇ ਜੀ, ਵੈਲਕਮ ਜੀ। ਆਪਣਾ ਚਾਵਲਾ ਸਾਹਿਬ ਤੇ ਮਿੰਟੂ ਗੁਰਸਰੀਆ ਜੀ ਸਤਿ ਸ੍ਰੀ ਅਕਾਲ। ਮਿੰਟੂ ਗੁਰਸਰੀਆ ਜੀ, ਮੈਨੇ ਪਿੰਡ ਦੇ ਵਿੱਚ ਇੱਕ ਮੁਸਲਮਾਨ ਪਰਿਵਾਰ ਦੀ ਗਰੀਬ ਦੀ ਪਿੰਡ ਵਾਲਿਆਂ ਨੇ ਤੇ ਇੱਥੋਂ ਪ੍ਰਵਾਸੀਆਂ ਨੇ ਪੈਸਾ ਭੇਜ ਕੇ ਉਹਨੂੰ ਪੜਾਇਆ ਲਿਖਾਇਆ, ਲੁਧਿਆਣੇ ਦੇ ਵਿੱਚ ਜੱਜ ਲੱਗੀ ਹੋਈ ਹੈ ਉਹ ਜੀ। ਦੂਜੀ ਗੱਲ ਤੁਹਾਡੀ ਯਾਦਦਾਸ਼ਤ ਬਹੁਤ ਹੈਗੀ ਹੈ, ਉਹਦੇ ਵੀ ਮੈਂ ਆਉਣਾ। ਮਾਸਟਰ ਦਾ ਮੁੰਡਾ ਹੋਣਾ ਕੋਈ ਗੁਨਾਹ ਤਾਂ ਨਹੀਂ, ਨਾ ਉਹ ਫੂਲਨ ਦੇਵੀ ਦਾ ਮੁੰਡਾ ਤੇ ਨਾ ਉਹ ਡਾਕੂ ਮਾਨ ਸਿੰਘ ਦਾ ਮੁੰਡਾ ਜਿਹੜਾ 1955 ਚ ਗੁਜ਼ਰ ਗਿਆ ਡਾਕੂ ਮਾਨ ਸਿੰਘ, ਆਖਿਰ ਮਾਸਟਰ ਦਾ ਮੁੰਡਾ ਨਾ। ਅਸੀਂ ਤਾਂ ਮਾਸਟਰਾਂ ਦੀ ਬੜੀ ਕਦਰ ਕਰਦੇ। ਚਾਵਲਾ ਸਾਹਿਬ 45 ਸਾਲ ਬਾਅਦ ਮੈਂ ਰਿਟਾਇਰ ਹੋਇਆ ਤੇ ਮੇਰੇ ਨਾਲ ਮੇਰੀ ਮਾਮੀ ਜਾ ਜੀ ਕਹਿੰਦੀ ਆਹ ਮਾਸਟਰ ਜੀ ਦਾ ਘਰ ਹੈ ਜਿਹੜਾ ਤੁਹਾਨੂੰ ਘਰੋਂ ਆਵਾਜ਼ ਮਾਰ ਕੇ ਜਾਂਦਾ, ਘਰੇ ਜਾ ਕੇ ਉਹਦੇ ਪੈਰੀਂ ਹੱਥ ਲਾਇਆ, ਉਹਦੀ ਨਿਗਾਹ ਜਾ ਚੁੱਕੀ ਸੀ, 92 ਸਾਲ ਦਾ ਸੀ। ਉਹ ਪੁੱਛਦਾ ਕੌਣ ਹੈ ਮਾਮੀ ਮੇਰੀ, ਕਹਿੰਦੀ ਤੁਹਾਡਾ ਸ਼ਗਿਰਦਾ ਜੀ ਨੂੰ ਆਵਾਜ਼ ਮਾਰ, ਆਹ ਸੀ ਸਾਡਾ ਹੀ ਭਾਵਨਾ ਮਾਸਟਰ ਦੀ, ਤੇ ਮਾਸਟਰ ਹੋਣਾ ਕੋਈ ਗੁਨਾਹ ਤਾਂ ਹੈ ਨੀ ਹੈਗਾ। ਨਹੀਂ ਨਹੀਂ ਸਰ ਅਸੀਂ ਤੇ ਕਹਿ ਰਹੇ ਤੇ ਕਾਲਰ ਨੇ ਕਿਹਾ, ਮੁੰਡਾ ਕਿਸਾਨ ਦਾ ਮੁੰਡਾ, ਇਮਾਨਦਾਰ, ਕਿਹੜੀ ਕਮੀ ਬਾਕੀ ਕਮੀ ਹੋ ਸਕਦੀ ਹੈ? ਅਸੀਂ ਮੰਨਦੇ ਇਸ ਚੀਜ਼ ਨੂੰ ਜਿਹੜਾ ਤੁਸੀਂ ਦੱਸਿਆ ਨਾ ਆਪਣਾ, ਮੈਂ ਪਿਛਲੀ ਉਦੋਂ ਚੋਣਾਂ ਦੇ ਟਾਈਮ ਉੱਥੇ ਹੀ ਸੀਗਾ ਆਪਣਾ ਕੁਲਬੀਰ ਦੇ ਬਾਰੇ, 100 ਪਿੰਡ ਚ ਚੋਣ ਨੀ ਹੋਣ ਤੇ ਹੱਥ ਮਿਲਾ ਲਿਆ, ਜਦੋਂ ਚੋਣਾਂ ਹੋਈਆਂ ਫਿਰੋਜ਼ਪੁਰ ਦੇ ਵਿੱਚ ਸਾਰੇ ਸਰਪੰਚਾਂ ਨੂੰ ਕਸਮ ਖੋਣ ਲੱਗੇ, DIG ਬੈਠਾ ਹੋਇਆ ਸੀ ਉੱਥੇ, ਰੌਲਾ ਪਾਤਾ ਇਹਨੇ। ਉਹ ਮਤਲਬ ਇਹ ਸੀ ਵੀ ਪਾਣੀ ਦੁੱਧ ਤਾਂ ਤੁਸੀਂ ਪੀ ਜਾਂਦੇ, ਮੈਨੂੰ ਤਾਂ ਕੋਈ ਪਾਣੀ ਵੀ ਨੀ ਪੁੱਛਦਾ, ਅਗਲੇ ਦਿਨ ਹੱਲਾ ਹੋ ਗਿਆ। ਕੈਪਟਨ ਸਾਹਿਬ ਅਸੀਂ ਇੱਕ ਮਿੰਟ, ਕੈਪਟਨ ਸਾਹਿਬ 30 ਸੈਕਿੰਡ ਦਾ ਸਵਾਲ ਹੁੰਦਾ, 30 ਸੈਕਿੰਡ ਲਿਆ ਕਰੋ, ਜ਼ਿਆਦਾ ਸਮਾਂ ਨਾ ਖਰਾਬ ਕਰਿਆ ਕਰੋ, ਸਮਾਂ ਬਹੁਤ ਕੀਮਤੀ ਹੈ, ਲਾਈਨਾਂ ਹੋਰ ਵੀ ਫਲੈਸ਼ ਹੋ ਰਹੀਆਂ ਨੇ। ਕੈਪਟਨ ਸਾਹਿਬ ਤੇ ਕੈਪਟਨ ਸਾਹਿਬ ਜੋ ਜੱਫੀ ਪਾਈ ਬੈਠੇ ਸੀਗੇ ਇੱਥੇ, ਤੁਹਾਡੇ ਲਾਲੀ ਆਉਂਦਾ ਹੁੰਦਾ ਸੀ ਕੈਪਟਨ, ਉਹ ਦੱਸਦਾ ਹੁੰਦਾ ਸਟੋਰੀ ਦੀ ਮੌਤ ਹੋ ਗਈ ਤੁਹਾਨੂੰ। ਐਨੀਵੇ ਬਾਬੇ ਨੇ ਨਹੀਂ ਰੁਕਣਾ ਹੁਣ, ਬਾਬਾ ਤੇ ਗੱਡੀ। ਕੈਪਟਨ ਸਾਹਿਬ ਘੰਟਾ ਕੁ ਲੈ ਲਓ ਹਾਂ ਪ੍ਰੋਗਰਾਮ ਤੁਸੀਂ, ਹੈਂ ਇੱਕ ਘੰਟਾ ਕੁ ਪ੍ਰੋਗਰਾਮ ਲੈ ਲਓ, ਉੱਥੇ $450 ਲੱਗਦਾ ਘੰਟੇ ਦਾ, ਮੇਰੇ ਕੋਲ ਟਾਈਮ ਤੁਸੀਂ ਐਕਸਟਰਾ ਲੈ ਲਓ, 11 ਤੋਂ 12 ਲੈ ਲਓ ਸਸਤਾ ਪੈ ਜੂਗਾ, ਨਾਲੇ ਮੈਨੂੰ ਰਾਹਤ ਮਿਲ ਜੂਗੀ, ਜਿੰਨਾ ਮਰਜ਼ੀ ਬੋਲੀ ਚੱਲੋ ਤੁਸੀਂ, ਜੋ ਮਰਜ਼ੀ ਸਟੋਰੀਆਂ ਸੁਣਾਓ, ਨਾਲੇ ਕੋਈ ਪੁੱਛਦਾ ਗੁੱਬ ਘਲਾੜ ਜਾ ਨਿਕਲ ਜਾ ਕਰਨਾ ਤੁਹਾਡਾ, ਆ ਸਟੂਡੀਓ ਵੀ ਦੇ ਦਾਂਗੇ 2-3 ਮਹੀਨੇ ਤੁਹਾਨੂੰ ਚਲਾਉਣ ਵਾਸਤੇ। ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਸਾਨੂੰ ਮੁੱਖ ਮੰਤਰੀ ਅਜਿਹਾ ਹੀ ਕਿਉਂ ਮਿਲਦਾ, ਮੈਂ ਜੀ। ਅੱਛਾ ਮੇਰੀ ਗੱਲ ਸੁਣੋ ਇੱਕ ਮਿੰਟ, ਅਸੀਂ ਤੇ ਕਿਹਾ ਹੀ ਨਹੀਂ ਗਾ, ਪਰ ਜੇ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਹ ਕਹਿੰਦਾ ਹੁੰਦਾ ਸੀਗਾ ਕਿ ਮੈਂ ਜੇਲ੍ਹ ਇੰਨੀ ਕੱਟੀ, ਮੈਂ ਜੇਲ੍ਹ ਇੰਨੀ ਕੱਟੀ, ਮੈਂ ਜੇਲ੍ਹ ਇੰਨੀ ਕੱਟੀ,
जे आ गया कैप्टन कैप्टन मैं फौजी मैं फौजी मैं फौजी फौज च सर्व किया सल्यूट है सर पर हूँ हूँ कद हूँ कद फौजी जो तुम राजनीति च आ गए कहते फौजी सबका कहो मैं फौजी ऐ कर हूँ ये आ गए चलो कितने होया नाज करो अपने बाप से नाज करो अपने परिवार से खानदान से कोई माड़ी गल नहीं है हरेक हूँ तो किकर बेरिया भी पता लग गया कि इन्हों के पिता का नाम मास्टर महिंदर सिंह है दसो वार बार रिपीट करने का कुछ चुका है इन्होंने तो इन्होंने मास्टर तो डिग्री भी बदल दी एक बार प्रिंसीपल कहता सी करे वो भी छपी खबर अपने पिता का नाम लैन जी सदके लैन पर मैं हरेक गल ते मैं आ छड के आया मैं आ छड के छड्या कित्थे तुसी तो वह तुहाडे गिट्टे नाल वज्जा मैं आपका कारोबार छड के मैं आपका परिवार छड्डता मैं हजूर कहिंदे आ बई जिथे मैं ही होगी उथे नगरी नरकां दी जिथे तू ही तू उथे जुरत नहीं फरकां दी वाह क्या बात है मिंटू सो नाइस अगली कॉल ते चलदे आ जी हेलो सत श्री अकाल जी सत श्री अकाल वीरे पिछे रेडियो बंद कर दो एक तो देखो सीएम साहब ने ये तो कहा भी और डिबेट दे विच नहीं है दूजे लीडर ना उन्होंने अपना दसे दूजे ने रस्ता ਤੇ ਬੈਂਕ ਘਰੋਂ ਲਾ ਕੇ ਆਉਣਗੇ ਜਾਂ ਉੱਥੇ ਲਾਉਣਗੇ ਦੂਜਾ ਭਗਵੰਤ ਮਾਨ ਦੀ ਜਿੰਨੀ ਵੀ ਕਮੇਟੀ ਹੈ ਸਾਰੀ ਚ ਮਾਸਟਰਾਂ ਦੀ ਬੇਇੱਜ਼ਤੀ ਕੀਤੀ ਹੋਈ ਹੈ ਵੀ ਉੱਥੇ ਧਰਨੇ ਦਿੰਦੇ ਆ ਚੰਡੀਗੜ੍ਹ ਚਲੇ ਜਾਂਦੇ ਉੱਥੇ ਨਾਲ ਸਾਥੀ ਦਾਰੂ ਪੀ ਆਉਂਦੇ ਆਪਣੇ ਪਿਓ ਦੇ ਵੀ ਇਹਨਾਂ ਦਾ ਜੁਟਲਾ ਬਣਾਇਆ ਸੀਗਾ ਪਰ ਮੇਰੇ ਕੋਈ ਵੀ ਪੋਜੀਟਿਵ ਕਮੇਟੀ ਨਹੀਂ ਨਾ ਟੀਚਰਾਂ ਦੇ ਉੱਤੇ ਜਾਂ ਸਕੂਲਾਂ ਦੇ ਉੱਤੇ ਨਲਾਇਕ ਵਿਦਿਆਰਥੀਆਂ ਦੀ ਗੱਲ ਕੀਤੀ ਹੋਈ ਸਾਰੀ ਥੈਂਕ ਯੂ ਮਿਹਰਬਾਨੀ ਪੈਗ ਪੈਗ ਲਾਉਂਦੇ ਆ ਕਿ ਨਹੀਂ ਲਾਉਂਦੇ ਆਪਾਂ ਨੂੰ ਉਹਦੇ ਨਾਲ ਕੋਈ ਟੈਨਸ਼ਨ ਨਹੀਂ ਹੈਗੀ ਮੇਰਾ ਕੋਈ ਉਹਦੇ ਨਾਲ ਮੈਂ ਜ਼ਾਤੀ ਜ਼ਿੰਦਗੀ 'ਚ ਕਦੇ ਵੀ ਜੀ ਆਪਾਂ ਆਪਦੇ ਪ੍ਰੋਫੈਸ਼ਨ ਨੂੰ ਕਿਸੇ ਦੀ ਵੀ ਪਰਸਨਲ ਲਾਈਫ ਤੋਂ ਅਲੱਗ ਰੱਖਦੇ ਹਾਂ ਮੇਰੇ ਬੰਨੀ ਉਹ ਦਿਨ ਰਾਤ ਪੀਣ ਪਰ ਇਹ ਆ ਕਿ ਉਸ ਦਾਰੂ ਦਾ ਉਸ ਪੈਗ ਦਾ ਅਸਰ ਕੰਮ ਕਰ ਤੇ ਨਹੀਂ ਪੈਣਾ ਚਾਹੀਦਾ ਕਿਉਂਕਿ ਉਹਨਾਂ ਦਾ ਕੰਮ ਕਰ ਸਾਡਾ ਕੰਮ ਕਰ ਉਹ ਕੀ ਖਾਂਦੇ ਪੀਂਦੇ ਆ ਤੁਸੀਂ ਕੀ ਖਾਂਦੇ ਪੀਨੇ ਹੋ ਆਪਣੇ ਬੈਡਰੂਮ ਚ ਕੀ ਖਾਣੇ ਪੀਨੇ ਹੋ ਆਪਣੇ ਮਹਿਫਲ ਚ ਕੀ ਮੈਨੂੰ ਕੋਈ ਦਿੱਕਤ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਉੱਥੇ ਆਉਂਦੀ ਹੈ ਕਿ ਜਿੱਥੇ ਤੁਸੀਂ ਬਹੁਤ ਟਰਪਾਲੇ ਛੱਡ ਜਾਂਦੇ ਹੋ ਬਿਲਕੁਲ 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 ਜਿਵੇਂ ਮਤਲਬ ਕਿ ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਮਾਫ ਕਰਨਾ ਕਿ ਇਮਾਨਦਾਰੀ ਇਮਾਨਦਾਰੀ ਕੱਲੀ ਬੇਈਮਾਨੀ ਇਹ ਨਹੀਂ ਹੁੰਦੀ ਕਿ ਤੁਸੀਂ ਕਰਪਸ਼ਨ ਕਰ ਲਈ ਆ ਇਹ ਵੀ ਬੇਈਮਾਨੀ ਹੈ ਕਿ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਦਾ ਦੇਖ ਕੇ ਚੁੱਪ ਕਰ ਜਾਂਦੇ ਹੋ ਖੁਦ ਉਹਦੇ ਹਿੱਸੇਦਾਰ ਬਣ ਜਾਂਦੇ ਹੋ ਹੈਲੀਕਾਪਟਰ ਕਦੇ ਉਧਰ ਲੈ ਜਾਂਦੇ ਹੋ ਕਦੇ ਉਧਰ ਲੈ ਜਾਂਦੇ ਹੋ ਨਾ ਨਾ ਕੈਪਟਨ ਸਾਹਿਬ ਨੂੰ ਇਹ ਨਹੀਂ ਦੇਖਣਾ ਕੈਪਟਨ ਸਾਹਿਬ ਨੂੰ ਇਹ ਥੋੜੀ ਦੇਖਣਾ ਆ ਇਹ ਹੈਲੀਕਾਪਟਰ ਤੇ ਇਹ ਵੱਡੀ ਸਿਆਸੀ ਕਰਪਸ਼ਨ ਹੈ ਜ਼ੂਰ ਹਾਂ ਕਿ ਤੁਸੀਂ ਆਪਦੀ ਪਾਰਟੀ ਵਾਸਤੇ ਤਮਿਲਨਾਡੂ ਚ ਇਸ਼ਤਿਹਾਰ ਛਪਾਉਂਦੇ ਹੋ ਪੰਜਾਬ ਦੇ ਪੈਸੇ ਨਾਲ ਇਹ ਉਹ ਤੋਂ ਵੀ ਵੱਡੀ ਬੇਈਮਾਨੀ ਨਾ 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 ਇਹ ਥੋੜੀ ਦੇਖਣਾ ਭਗਤ ਹੋਣਾ ਫਿਰ ਅਸੀਂ ਇਹ ਚੀਜ਼ਾਂ ਨਹੀਂ ਦੇਖਣੀਆਂ ਨਹੀਂ ਵੇ ਚਲੋ ਬਹੁਤ ਕੁਝ ਹੋਰ ਵੀ ਹੈਗਾ ਅੱਜ ਅਸੀਂ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਇਹ ਇਹ ਕਰਪਸ਼ਨ ਨਹੀਂ ਕਰਦਾ ਜਾਂ ਕੀਤੀ ਨਹੀਂ ਹੋਗੀ ਇਹ ਕੀ ਪਤਾ ਅਗਾਂਹ ਕੀ ਕੁਝ ਹੋਣਾ ਕੀ ਨਹੀਂ ਹੋਣਾ ਹਾਂਜੀ ਇਹ ਕੀ ਸਮਾਂ ਦੱਸੂਗਾ ਅਜੇ ਤਾਂ ਸਾਰੇ ਜੀ ਸਾਧ ਨੇ ਮਿਸਰ ਆਪਣਾ ਖੋਲੇਗਾ ਬਾਰਡਰ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਮਿਸਰ ਕਹਿੰਦੇ ਆ ਕਿ ਰਾਜ਼ੀ ਹੋ ਗਿਆ ਹੈ ਅਤੇ ਜਿਵੇਂ ਅੱਜ 13ਵਾਂ ਦਿਨ ਆ ਅਤੇ ਵੈਸੇ ਬਾਈਡਨ ਗਏ ਹੋਏ ਨੇ ਉੱਥੇ ਇਜ਼ਰਾਈਲ ਦੇ ਵਿੱਚ ਪਰ ਪਿੱਛੋਂ ਵੇਖੋ ਕਿ ਉਹਨਾਂ ਦੀ ਮਿਲਦਾ ਸੰਸਦ ਤੱਕ ਪਹੁੰਚ ਗਈ ਉਹਦੀ ਆ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਇੱਥੇ ਸਾਡੇ ਕੁਛ ਜਿਹੜੇ ਜਿਹਨਾਂ ਨੂੰ ਮਨੁੱਖਤਾ ਭੁੱਲੀ ਪਈ ਆ ਉਹ ਯਹੂਦੀ ਉੱਥੇ ਕਹਿ ਰਿਹਾ ਕਿ ਜੰਗ ਬੰਦੀ ਕਰੋ ਮੰਗ ਕਰ ਰਹੇ ਨੇ ਜਿਹੜੇ ਸਿਆਣੇ ਲੋਕ ਹੁੰਦੇ ਨਾ ਆਹ ਹੁੰਦੇ ਆ ਉਹ ਉੱਥੇ ਸਦਨ ਤੱਕ ਗਏ ਨੇ ਉਹਨਾਂ ਦੇ ਆ ਹੁਣ ਇਹ ਤੁਹਾਡੇ ਖਬਰ ਸ਼ਾਇਦ ਬ੍ਰੇਕ ਹੋ ਗਈ ਹੋਣੀ ਇੱਧਰ ਤੇ ਗੱਲ ਇਹ ਆ ਕਿ ਵੀ ਮਤਲਬ ਕਿ ਜਿਹਨਾਂ ਨੇ ਜੰਗ ਦਾ ਅਨੁਮਾਨ ਲਾਇਆ ਹੁੰਦਾ ਅੰਦਾਜ਼ਾ ਲਾਇਆ ਹੁੰਦਾ ਕਿ ਕਿੰਨੀ ਤਬਾਹੀ ਹੋ ਸਕਦੀ ਆ ਮਨੁੱਖ ਮਰ ਰਹੇ ਨੇ ਭਾਵੇਂ ਯਾਰ ਦੂਸਰੇ ਧਰਮ ਦੇ ਭਾਵੇਂ ਦੁਸ਼ਮਣ ਮਰ ਤੇ ਮਨੁੱਖ ਹੀ ਰਿਹਾ ਬਿਲਕੁਲ ਸਹੀ ਆ ਤਾਂ ਕਿੰਨੇ ਵਧੀਆ ਲੋਕ ਇੱਥੇ ਇੱਥੇ ਸਾਡੇ ਵਾਲੇ ਇਜ਼ਰਾਈਲ ਦੇ ਪੱਖ 'ਚ ਪ੍ਰਦਰਸ਼ਨ ਕਰ ਰਹੇ ਤੇ ਜੇ ਕੋਈ ਫਿਲਿਸਤੀਨ ਦੇ ਹੱਕ 'ਚ ਕਰਦਾ ਤੇ ਉਹਨੂੰ ਚੱਕ ਪਰਚੇ 'ਚ ਨਾਮਜ਼ਦ ਕਰ ਲੈਂਦੇ ਆ ਲੱਖ ਦੀ ਲਾਹਨਤ ਹੈ ਇਹੋ ਜਿਹੇ ਲੋਕਾਂ ਤੇ ਕਿ ਯਹੂਦੀ ਜੰਗ ਬੰਦੀ ਚਾਹੁੰਦੇ ਇਹ ਕਹਿੰਦੇ ਵੀ ਠੋਕ ਦਿਓ ਕਿਉਂਕਿ ਅੱਗੇ ਮੁਸਲਮਾਨ ਗਾੜੀ ਮੁਸਲਮਾਨ ਖੜੇ ਖੈਰ ਇਹ 13ਵਾਂ ਦਿਨ ਆ ਇਜ਼ਰਾਈਲ ਤੋਂ ਜਿਹੜੇ ਮਤਲਬ ਬਾਈਡਨ ਸਾਹਿਬ ਆ ਉਹ ਮਿਸਰ ਗਏ ਸੀਗੇ
ਉੱਥੇ ਜਿਹੜੇ ਅਬਦੁਲ ਫਤਿਹ ਅਲ ਸੀਸੀ ਜਿਹੜੇ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਕਹਿੰਦੇ ਆ ਕਿ ਲਗਭਗ 20 ਟਰੱਕਾਂ ਨੂੰ ਹੁਣ ਗਾਜ਼ਾ ਭੇਜਿਆ ਜਾਏਗਾ, ਰਾਫਾ ਬਾਰਡਰ ਖੋਲ ਦਿੱਤਾ ਜਾਏਗਾ। ਮਤਲਬ ਕਿ ਇੰਨੀ ਕੁ ਸੁਖਦ ਖਬਰ ਆ ਕਿ ਥੋੜੀ ਬਹੁਤੀ ਜਿਹੜੀ ਰਾਹਤ ਸਮੱਗਰੀ ਹੈਗੀ ਆ ਉਹ ਉੱਥੇ ਪਹੁੰਚੇਗੀ, ਰਾਫਾ ਬਾਰਡਰ ਜਿਹੜਾ ਪੈਂਦਾ ਹੈ। ਤਾਂ ਇਹ ਮਤਲਬ ਕਿ ਕਹਿ ਲਓ ਕਿ ਚੰਗੀ ਗੱਲ ਆ। ਨਿਊਯਾਰਕ ਟਾਈਮਸ ਨੇ ਵੀ ਲਿਖਿਆ ਕਿ ਫੂਡ ਵਾਟਰ ਮੈਡੀਸਨ ਸਪਲਾਈ ਜਿਹੜੀ ਹੈ ਨਾ ਉਹਨੂੰ ਭੇਜਣ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ, ਯਾਨੀ ਬਾਈਡਨ ਨੇ ਇੰਨਾ ਕਿਤੇ ਕਿਹਾ। ਪਰ ਕੱਲ ਇਜ਼ਰਾਈਲ ਨੂੰ ਤਾਂ ਕਲੀਨ ਚਿੱਟ ਹੀ ਦੇ ਗਿਆ, ਜੀ ਤੁਹਾਡੀ ਟੀਮ ਤੋਂ ਨਹੀਂ ਉਹਨਾਂ ਦੀ, ਇਹ ਟੀਮ ਫੁੱਟਬਾਲ ਮੈਚ ਚੱਲਦਾ ਵਾ ਮਾਂ, ਬਿਲਕੁਲ ਤੁਹਾਡੀ ਟੀਮ ਤੋਂ ਨਹੀਂ ਉਹਨਾਂ ਦੀ ਟੀਮ ਤੋਂ, ਇਹ ਸੌਕਰ ਮਤਲਬ ਕਿ ਤੁਸੀਂ ਤੁਹਾਡਾ ਦੁਨੀਆ ਭਰ ਚ ਇਹੀ ਕੰਮ ਆ ਹੋਸਪਿਟਲ ਤੇ ਡਿੱਗਦਾ 6:59 ਤੇ 9 ਮਿੰਟ ਹਵਾ ਚ ਘੁੰਮਦਾ ਰਿਹਾ। ਏਅਰਪੋਰਟ ਆ ਜਿਹਦੇ ਤੇ ਉਹ ਆਪ ਹੀ ਫਸਦੇ ਨੇ ਇਜ਼ਰਾਈਲ ਵਾਲੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।